ਮੰਡਲ ਮੈਜਿਸਟਰੇਟ ਨੰਗਲ ਅਨਜੋਤ ਕੌਰ ਨੇ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਹੜ੍ਹਾਂ ਦੀ ਰੋਕਥਾਮ ਲਈ ਅਗਾਉਂ ਤਿਆਰੀਆਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਉਹਨਾਂ ਨੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਕੀਤੀ ਜਾਵੇ। ਉਹਨਾਂ ਇਹ ਕਿਹਾ ਕਿ ਇਸ ਇਲਾਕੇ ਦੇ ਵਿੱਚ ਸਤਲੁਜ ਅਤੇ ਸਵਾਨ ਨਦੀ ਦਾ ਪਾਣੀ ਬਰਸਾਤ ਦੌਰਾਨ ਪਹਾੜਾਂ ਤੋਂ ਵੱਧ ਮਾਤਰਾ ਵਿੱਚ ਆਉਂਦਾ ਹੈ ਅਤੇ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਹਨ। ਕੁਝ ਇਲਾਕੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ, ਇਸ ਦੇ ਲਈ ਅਸੀਂ ਅਗਾਉਂ ਪ੍ਰਬੰਧ ਕਰਨੇ ਹਨ। ਭਾਖੜਾ ਡੈਮ ਦੇ ਅਧਿਕਾਰੀ ਨਾਲ ਵੀ ਤਾਲਮੇਲ ਬਣਾ ਕੇ ਰੱਖਣਾ ਹੈ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਪਹੁੰਚਾਉਣ ਅਤੇ ਅਫਵਾਹਾਂ ਤੋਂ ਬਚਣ ਲਈ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਕੀਤੇ ਜਾ ਰਹੇ ਕੰਮਾਂ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ, ਖਾਣ ਪੀਣ ਦੀ ਵਸਤੂਆਂ ਦਾ ਪ੍ਰਬੰਧ ਕਰਨਾ, ਪਸ਼ੂਆਂ ਲਈ ਚਾਰਾ, ਨਿਰਵਿਘਨ ਬਿਜਲੀ ਅਤੇ ਪਾਣੀ ਦੀ ਸਪਲਾਈ, 24 ਘੰਟੇ ਕੰਟਰੋਲ ਰੂਮ ਸਥਾਪਿਤ ਕਰਨੇ, ਸਿਹਤ ਸਹੂਲਤਾਂ ਉਪਲਬਧ ਕਰਾਉਣਾ ਆਦਿ ਸ਼ਾਮਿਲ ਹਨ, ਜਿਨ੍ਹਾਂ ਦੇ ਉੱਤੇ ਵਿਭਾਗਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। SDM ਨੰਗਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਸਹੀ ਅਤੇ ਢੁੱਕਵੀਂ ਜਾਣਕਾਰੀ ਕੰਟਰੋਲ ਰੂਮ ਤੋਂ ਲੈਣ, ਜੋ ਇਸ ਬਰਸਾਤ ਦੇ ਮੌਸਮ ਦੌਰਾਨ ਨਿਰੰਤਰ ਕਾਰਜਸ਼ੀਲ ਰਹਿਣਗੇ। ਉਹਨਾਂ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਬਰਸਾਤ ਦੇ ਦੌਰਾਨ ਆਪਣੇ ਮੋਬਾਈਲ ਫੋਨ ਚਾਲੂ ਰੱਖੇ ਜਾਣ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਅਗਾਉਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਰਸਾਤੀ ਪਾਣੀ ਨਿਕਾਸੀ ਲਈ ਬਣੇ ਰਸਤਿਆਂ ਦਾ ਰੁਕਾਵਟਾਂ ਨਾ ਖੜੀਆਂ ਕਰਨ, ਕਿਉਂਕਿ ਪਾਣੀ ਦੇ ਠਹਿਰਾਅ ਕਾਰਨ ਹੀ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ। ਜੇਕਰ ਨਿਕਾਸੀ ਦੇ ਪ੍ਰਬੰਧ ਸੁਚਾਰੂ ਅਤੇ ਢੁੱਕਵੇਂ ਹੋਣ ਤਾਂ ਸਮੁੱਚਾ ਖੇਤਰ ਸੁਰੱਖਿਅਤ ਰਹਿੰਦਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਤਹਿਸੀਲਦਾਰ, ਰਵਨੀਤ ਸਿੰਘ ਕਾਰ ਸਾਧਕ ਅਫਸਰ, ਚਮਨ ਲਾਲ SDO ਕਾਰਜਕਾਰੀ ਇੰਜੀਨੀਅਰ BBMP ਨੰਗਲ, ਸਤਵਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ BBMP ਨੰਗਲ, ਅਵਤਾਰ ਸਿੰਘ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਰੂਪਨਗਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੀਟਿੰਗ ਦੇ ਵਿੱਚ ਸ਼ਾਮਲ ਸਨ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜੇ ਕਿਸੇ ਵੀ ਡਿਪਾਰਟਮੈਂਟ ਦਾ ਇੱਕ ਬੰਦਾ, ਜਿਵੇਂ ਹੁਣ ਮੈਂ ਨੋਡਲ ਅਫਸਰ ਹਾਂ ਇੱਥੇ ਮੈਡਮ ਵੱਲੋਂ ਇੱਧਰ, ਉਹ ਤਾਂ ਮੈਨੂੰ ਪਤਾ ਵੀ ਮੇਰਾ ਟੈਲੀਫੋਨ ਚੱਲਦਾ ਰਹਿਣਾ ਚਾਹੀਦਾ, 24 ਘੰਟੇ ਚੱਲਦਾ ਰਹਿਣਾ ਚਾਹੀਦਾ, ਇੱਥੇ 24 ਘੰਟੇ ਬੰਦਾ ਬੈਠਾ ਹੋਣਾ ਚਾਹੀਦਾ। ਬਾਈ ਦਾ ਵੀ ਬੰਦੇ ਕੋਲ ਕਈ ਵਾਰੀ ਮੌਕਾ ਇੱਕ ਟਾਈਮ ਵੀ ਫੋਨ ਕਰਨ ਦਾ ਮਸਾਂ ਹੋਵੇ। ਇੱਕ ਰਿਕੁਐਸਟ ਆ, ਤੁਸੀਂ ਸਾਰਿਆਂ ਨੇ ਆਪਦੇ ਜਿੰਨੇ ਵੀ ਕੰਟਰੈਕਟਰ ਜਾਂ ਜਿਹਨੂੰ ਤੁਸੀਂ ਨੰਬਰ ਸਾਨੂੰ ਸ਼ੇਅਰ ਕਰੋਗੇ, ਉਹਨਾਂ ਨੂੰ ਇਹ ਜ਼ਰੂਰ ਕਹਿਓ ਵੀ ਉਹ ਨੰਬਰ ਚੱਲਦੇ ਹੋਣੇ ਚਾਹੀਦੇ ਅਤੇ ਕਿਸੇ ਨੇ ਫੋਨ ਬੰਦ ਨਹੀਂ ਕਰਨਾ ਹੈਗਾ। ਦੋ ਢਾਈ ਮਹੀਨੇ ਹੁੰਦੇ ਫਲੱਡ ਦੇ, ਜਦੋਂ ਇਹ ਪ੍ਰੋਬਲਮਸ ਆਉਂਦੀਆਂ ਉਹ 2-2.5 ਮਹੀਨੇ ਆਪਾਂ ਅਵੇਅਰ ਰਹਿਣਾ ਹਰੇਕ ਮੀਸ ਦੇ। ਜੀ ਅਸੀਂ ਫਲੱਡ ਪ੍ਰਪੇਅਰਡਨੈਸ ਵਾਸਤੇ ਮੀਟਿੰਗ ਕੀਤੀ ਹੈ। ਬਾਰਿਸ਼ਾਂ ਦਾ ਸੀਜ਼ਨ ਜੋ ਹੈ ਜਲਦੀ ਸ਼ੁਰੂ ਹੋਣ ਵਾਲਾ ਹੈ,
ਸੋ ਪਿਛਲੇ ਸਾਲ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਤੇ ਨੰਗਲ ਜ਼ਿਲ੍ਹੇ ਦੀ ਟੋਪੋਗ੍ਰਾਫੀ ਨੂੰ ਦੇਖਦੇ ਹੋਏ ਹੜ੍ਹਾਂ ਦੇ ਪ੍ਰਬੰਧਾਂ ਦੇ ਸੰਬੰਧੀ ਜੋ ਹੈ ਸਮੀਖਿਆ ਕੀਤੀ ਗਈ, ਵੱਖ ਵੱਖ ਵਿਭਾਗਾਂ ਦੀ ਜੋ ਹੈ ਤਿਆਰੀ ਉਹ ਰਿਵਿਊ ਕੀਤੀ ਗਈ। ਮੈਮ ਕੀ ਖਾਸ ਰਿਹਾ ਇਸ ਵਾਰ, ਕਿਉਂਕਿ ਅਗਰ ਪਿਛਲੀ ਵਾਰ ਦੇਖਿਆ ਤਾਂ ਹੜ੍ਹਾਂ ਮੀਟਿੰਗ ਹਰ ਵਾਰ ਹੁੰਦੀ ਹੈ ਲੇਕਿਨ ਹੜ੍ਹ ਦੀ ਫਿਰ ਵੀ ਸਥਿਤੀ ਬਣ ਜਾਂਦੀ ਹੈ, ਇਸ ਵਾਰ ਕਿਵੇਂ ਦੀਆਂ ਕੀ ਨਵੀਆਂ ਤਿਆਰੀਆਂ ਦੇਖੀਆਂ ਗਈਆਂ ਪਿਛਲੇ ਵਾਰ ਅਬਜ਼ਰਵ ਕਰਦੇ ਕੁਛ? ਦੇਖੋ ਬਿਲਕੁਲ ਜੀ, ਨੈਚੁਰਲ ਐਲੀਮੈਂਟਸ ਦੇ ਉੱਪਰ ਸਾਡਾ ਜ਼ੋਰ ਨਹੀਂ ਹੈ, ਪਰ ਹਾਂ ਅਸੀਂ ਹਰ ਵਾਰ ਦੇ ਐਕਸਪੀਰੀਅੰਸ ਤੋਂ ਤਜਰਬਾ ਲੈ ਕੇ ਉਸਦੀ ਤਿਆਰੀ ਕਰਨਾ ਉਹ ਸਾਡਾ ਫਰਜ਼ ਬਣਦਾ ਹੈ। ਸੋ ਵੱਖਰੇ ਵੱਖਰੇ ਜੋ ਡਿਪਾਰਟਮੈਂਟਸ ਨੇ, ਭਾਵੇਂ ਸੜਕਾਂ ਦੇ ਨਾਲ ਸੰਬੰਧਿਤ ਹੋਣ, ਹੈਲਥ ਹੋਵੇ, ਵੈਟਰੀਨਰੀ ਹੋਵੇ, ਫੂਡ ਐਂਡ ਸਿਵਲ ਸਪਲਾਈ, ਗਰਾਊਂਡ ਰੈਵਨਿਊ ਡਿਪਾਰਟਮੈਂਟ, ਪੁਲਿਸ, ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਇਹਨਾਂ ਦੇ ਏਰੀਆਜ਼ ਦੇ ਨਾਲ ਸੰਬੰਧਿਤ ਅਤੇ ਵੱਖ ਵੱਖ ਜੋ ਡਿਊਟੀ ਪਰਸਨਸ ਨੇ ਉਹਨਾਂ ਦੇ ਨਾਲ ਸੰਬੰਧਿਤ ਰਿਵਿਊ ਕੀਤਾ ਗਿਆ ਅਤੇ ਜੋ ਨੈਕਸਟ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੇ ਜਾਣੇ ਸੀ ਪਿਛਲੇ ਬਾਰੇ ਦੇ ਐਕਸਪੀਰੀਅੰਸਿਸ ਤੋਂ ਬੇਸਡ, ਉਹ ਸਾਰੇ ਡਾਇਰੈਕਸ਼ਨਸ ਦਿੱਤੇ ਗਏ ਨੇ। ਫਿਲਹਾਲ ਦੇਰ ਇਜ਼ ਨਥਿੰਗ ਲਾਈਕ ਦੈਟ, ਪਰ ਅਸੀਂ BBMB ਦੇ ਲਗਾਤਾਰ ਸੰਪਰਕ ਦੇ ਵਿੱਚ ਹਾਂ ਅਤੇ ਮੌਸਮ ਵਿਭਾਗ ਤੋਂ ਵੀ ਜੇਕਰ ਕੋਈ ਇਨਪੁੱਟ ਆਉਂਦਾ ਹੈ ਤਾਂ ਲੋਕਾਂ ਨੂੰ ਜਲਦ ਤੋਂ ਜਲਦ ਲੋਕਾਂ ਲਈ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਜਦੋਂ ਵੀ ਫਲੱਡਸ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਇਹਨੂੰ ਬਚਾਅ ਦਾ ਇਹੀ ਪਹਿਲਾ ਸਟੈਪ ਹੁੰਦਾ ਕਿ ਤਿਆਰੀ ਆਪਣੇ ਪੱਧਰ 'ਤੇ ਰੱਖੀ ਜਾਏ। ਇੱਕ ਜੋ ਮੈਂ ਨਿੱਜੀ ਲੋਕਾਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਪਾਣੀ ਦਾ ਨੈਚੁਰਲ ਫਲੋ ਜੋ ਹੈ ਉਸਨੂੰ ਨਾ ਰੋਕਿਆ ਜਾਏ। ਪਿਛਲੀ ਵਾਰੀ ਜੋ ਵੱਧ ਦਿੱਕਤ ਆਈ ਸੀ ਉਹ ਇਸੇ ਪੱਧਰ 'ਤੇ ਆਈ ਸੀ ਕਿ ਅਕਸਰ ਜੋ ਲੋਕ ਨੇ ਜਿਨ੍ਹਾਂ ਵੱਲੋਂ ਆਊਟਗੋਇੰਗ ਜਾਣੀ ਹੁੰਦੀ ਹੈ ਪਾਣੀ ਦੀ, ਬੰਦ ਕਰ ਦਿੱਤਾ ਜਾਂਦਾ ਹੈ ਕਲਵਰਟਸ ਨੂੰ ਜਾਂ ਫਲੋ ਨੂੰ ਡੱਕ ਦਿੱਤਾ ਜਾਂਦਾ ਹੈ, ਉਹ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਜਿੱਥੇ ਵੀ ਪਾਣੀ ਰੁਕਦਾ ਹੈ ਅਗਰ ਇਸ ਤਰੀਕੇ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਸਨੂੰ ਬਹੁਤ ਸਟ੍ਰਿਕਟਲੀ ਜੋ ਹੈ ਦੇਖਿਆ ਜਾਏਗਾ। ਜੀ, ਡਰੇਨ ਦੀ ਸਾਫ਼ ਸਫਾਈ ਚੱਲਦੀ ਪਈ ਹੈ, ਉਸਦਾ ਵੀ ਰਿਵਿਊ ਕੀਤਾ ਗਿਆ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਤੇਜ਼ੀ ਦੇ ਨਾਲ ਕਲੀਅਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਮੌਨਸੂਨ ਸੀਜ਼ਨ ਦੇ ਵਿੱਚ ਸਾਡੇ ਵੱਲੋਂ ਇਸ ਡਰੇਨ ਦੀ ਸਫਾਈ ਨਾ ਹੋਣ ਕਰਕੇ ਕੋਈ ਵੀ ਮਸਲਾ ਨਾ ਹੋਵੇ।